ਅੱਜ ਮੈਂ ਤੁਹਾਨੂੰ ਨਾ ਇੱਕ ਪਰਦੇਸੀ ਬੰਦੇ ਦੇ ਘਰੇ ਲੈ ਕੇ ਆਇਆ ਹਾਂ ਸਰਦਾਰ ਕਸ਼ਮੀਰ ਸਿੰਘ ਦੇ ਘਰੇ ਲੈ ਕੇ ਆਇਆ ਪਿੰਡ ਦਵਾਬੇ ਦਾ ਪਿੰਡ ਦਾ ਨਾਂ ਜੇਠੂ ਮੁਜਾਰਾ ਪਿੰਡ ਹੈ ਇੱਕ ਕੋਠੀ ਨਹੀਂ ਇਹ ਸੁਪਨਾ ਹੈ ਸੁਪਨਾ ਇਕੱਲੇ ਇੱਕ ਕਸ਼ਮੀਰ ਦਾ ਨਿਗਾ ਜਦੋਂ ਵੀ ਸਾਡਾ ਕੋਈ ਜਵਾਕ ਜੱਲਾ ਆਈਲੈਟਸ ਕਰਕੇ ਕਿਸੇ ਤਰੀਕੇ ਦੇ ਨਾਲ ਜਹਾਜ਼ ਦੀ ਵਾਰੀ ਫੜਦਾ ਨਾ ਤੇ ਉਹ ਬਾਈ ਕਸ਼ਮੀਰ ਜੋ ਅੱਜ ਸੁਪਨੇ ਪੂਰੇ ਕਰ ਰਿਹਾ ਉਹ ਇਸ ਤਰ੍ਹਾਂ ਦੇ ਸੁਪਨੇ ਅੱਖਾਂ 'ਚ ਲੈ ਕੇ ਜਹਾਜ਼ ਚੜਦਾ ਆਪਾਂ ਇਹ ਕਹਿ ਸਕਦੇ ਆਂ ਵੀ ਜੋ ਅੱਜ ਕਸ਼ਮੀਰ ਪੂਰੇ ਕਰ ਰਿਹਾ ਨਾ ਉਹ بڑے ਅੱਜ ਜਹਾਜ਼ਾਂ ਤੇ ਚੜਨ ਵਾਲੇ ਸਟੂਡੈਂਟਾਂ ਦੇ ਸੁਪਨੇ ਆ ਤੇ بڑے ਉੱਥੇ ਪੱਕੇ ਹੋ ਚੁੱਕੇ ਲੋਕਾਂ ਦੇ ਸੁਪਨੇ ਆ ਤੇ ਬੜੇ ਜੋ ਅੱਜ ਕਿਸੇ ਨੇ ਜਾਣਾ ਉਹਨਾਂ ਦੇ ਆ ਸੱਚ ਨੂੰ ਸੁਪਨੇ ਇਹ ਸੁਪਨਾ ਹੁੰਦਾ ਇੱਕ ਪਿੰਡੂ ਪੰਜਾਬੀ ਦਾ ਕਿ ਵਧੀਆ ਘਰ ਪਾਵਾਂਗੇ ਬਾਪੂ ਨੂੰ ਇੱਕ ਘੋੜਾ ਲੈ ਕੇ ਦੇਵਾਂਗੇ ਕਹਾਂਗੇ ਬਾਪੂ ਚੜ੍ਹਾ ਕਰ ਢੇੜਾ ਦਿਆ ਕਰ ਸਰਦਾਰ ਲੱਗੇਗਾ ਤੈਨੂੰ ਪਿੰਡ ਦੇ ਵਿੱਚ ਲੋਕ ਸਰਦਾਰ ਕਹਿਣਗੇ ਉਹੋ ਹੀ ਸੁਪਨੇ ਲੈ ਕੇ ਬਾਈ ਕਸ਼ਮੀਰ ਸਿਓ ਵੀ ਗਿਆ ਸੀ ਕੈਨੇਡਾ 40 ਸਾਲ ਮਿਹਨਤ ਕੀਤੀ 40 ਸਾਲ ਤੋਂ ਬਾਅਦ ਆ ਪੈਡਕ ਦੇ ਵਿੱਚ ਦੌੜਦਾ ਫਿਰਦਾ ਕੋੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਕੁਝ ਪੈਸੇ ਲਾ ਕੇ ਨਹੀਂ ਖਰੀਦਿਆ ਇਹ ਬਾਈ ਨੇ ਬਹੁਤ ਮਿਹਨਤ ਕਰਕੇ ਜੋ ਸੁਪਨੇ ਦੱਬ ਕੇ ਜਹਾਜ਼ ਚੜ੍ਹਿਆ ਸੀ ਉਹ 40 ਸਾਲ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸੁਪਨਾ ਇੱਕ ਪੈਡਕ ਦੇ ਵਿੱਚ ਦੌੜਿਆ ਫਿਰਦਾ ਬਾਈ ਕਸ਼ਮੀਰ ਸਿੰਘ ਦਾ ਤੇ ਦੂਜੀ ਗੱਲ ਤੁਹਾਨੂੰ ਮੈਂ ਇਹ ਗੱਲ ਦੱਸਾਂ ਵੀ ਬਾਈ ਕਸ਼ਮੀਰ ਸਿਉਣੀ ਦੱਸਦੇ ਆ ਕਹਿੰਦੇ ਵੀ ਜਿੰਨੇ ਵੀ ਜਾਨਵਰ ਆ ਮੇਰੇ ਫਾਰਮ ਤੇ ਬੇ ਉਹ ਸਖਜਿੰਦਰ ਮੈਂ ਤੇਰੀ ਵੀਡੀਓ ਦੇਖ ਲੈਂਦਾ ਸੀ ਜਿਹੜਾ ਜਾਨਵਰ ਮੈਨੂੰ ਪਸੰਦ ਆ ਜਾਂਦਾ ਸੀ ਵੀਡੀਓ ਦੇ ਵਿੱਚ ਤੇ ਮੈਂ ਉਹੀ ਜਾਨਵਰ ਖਰੀਦ ਲੈਂਦਾ ਸੀ ਪਹਿਲਾ ਜਿਹੜਾ ਬੱਚਾ ਭੱਜਿਆ ਫਿਰਦਾ ਸੀ ਉਹ ਦਰੋਣੇ ਦਾ ਉਹ ਵੀ ਬਾਈ ਨੇ ਵੀਡੀਓ ਦੇ ਵਿੱਚ ਦੇਖ ਕੇ ਖਰੀਦਿਆ ਆ ਵੀ ਦਰੋਣੇ ਦੀ ਬੱਚੀ ਆ ਘੋੜੀ ਇਹ ਵੀ ਬਾਈ ਨੇ ਮਤਲਬ ਵੀਡੀਓ ਦੇਖ ਕੇ ਹੀ ਖਰੀਦੀ ਆ ਵੀ ਜਦੋਂ ਭਾਈ ਉਧਰ ਵੀਡੀਓ ਬੈਠਾ ਦੇਖ ਲੈਂਦਾ ਸੀ ਤੇ ਫਿੱਟ ਆ ਜਾਂਦਾ ਸੀ ਜਾਨਵਰ ਤੇ ਭਾਈ ਫਿਰ ਸੌਦਾ ਮਾਰ ਲੈਂਦਾ ਸੀ ਤੇ ਭਾਈ ਨਾਲ ਬਹੁਤ ਦਿਨਾਂ ਦੀ ਗੱਲਬਾਤ ਚੱਲਦੀ ਸੀ ਫਿਰ ਇੱਕ ਦਿਨ ਸਾਡਾ ਟਾਈਮ ਰਲ ਗਿਆ ਤੁਹਾਨੂੰ ਮੈਂ ਗੱਲਾਂ ਬਾਤਾਂ ਭਾਈ ਦੇ ਨਾਲ ਕਰਵਾਉਂਗਾ ਤੇ ਬਹੁਤ ਦਿਲਦਾਰ ਇਨਸਾਨ ਆ ਮੇਰੇ ਨਾਲ ਅਕਸਰ ਹੀ ਫੋਨ ਤੇ ਗੱਲਾਂ ਬਾਤਾਂ ਕਰਦਾ ਰਹਿੰਦਾ ਤੇ ਭਾਈ ਨਾ ਕਸ਼ਮੀਰ ਤਕਰੀਬਨ ਤਕਰੀਬਨ ਇੱਥੇ ਸਾਰੇ ਘੋੜਾ ਘੋੜੇ ਰੱਖਣ ਵਾਲਿਆਂ ਦਾ ਹੀ ਦੋਸਤ ਬਣ ਗਿਆ ਆਪਾਂ ਇਹ ਕਹਿ ਸਕਦੇ ਆ ਜੇ ਤੁਸੀਂ ਤੁਹਾਡੇ ਨਾਲ ਗੱਲਾਂ ਕਰੂਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਉਹ ਤਕਰੀਬਨ ਮੈਂ ਇਹ ਗੱਲ ਦੇਖੀ ਹੈ ਕਿ ਜਦੋਂ ਵੀਡੀਓ ਪੈਂਦੀ ਹੈ ਨਾ ਤਾਂ ਬਹੁਤ ਸਾਰੀਆਂ ਵੀਡੀਓ ਦੇਖ ਕੇ ਬਹੁਤ ਸਾਰੇ ਸੱਜਣਾ ਨੂੰ ਸੱਜਣੀ ਮਿਲ ਜਾਂਦੇ ਆ ਵੀ ਬਹੁਤ ਬਾਰੀ ਜ਼ਰੂਰੀ ਇਹ ਨਹੀਂ ਹੁੰਦਾ ਕਿ ਕਿਸੇ ਨੇ ਘੋੜਾ ਵੇਚਣਾ ਤੇ ਉਹਨੂੰ ਗਾਹ ਕੀ ਮਿਲੇ بڑے ਸੱਜਣਾ ਨੂੰ ਬਾੜੀ ਵਾਰ ਦੋਸਤ ਹੀ ਮਿਲ ਜਾਂਦੇ ਆ ਤੇ ਦੋਸਤ ਤਾਂ ਫਿਰ ਇਹੋ ਜੀ ਚੀਜ਼ ਹੁੰਦੀ ਆ ਸੱਜਣੋ ਵੀ ਜਿਹੜੀ ਚੀਜ਼ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਤੇ ਆਪਾਂ ਇਹ ਕਹਿ ਸਕਦੇ ਆ ਕਿ ਬਾਈ ਕਸ਼ਮੀਰ ਸਿਆਂ ਨੂੰ ਤੇ ਤੁਹਾਡੀਆਂ ਕੀਤੀਆਂ ਸ਼ੇਅਰ ਕੀਤੀਆਂ ਵੀਡੀਓ ਨੂੰ ਤੁਹਾਡੀਆਂ ਪਸੰਦ ਕੀਤੀਆਂ ਵੀਡੀਓ ਨੂੰ ਤੁਹਾਡੀਆਂ ਲਾਈਕ ਕੀਤੀਆਂ ਵੀਡੀਓ ਨੂੰ ਇੰਨਾ ਕੁ ਫਾਇਦਾ ਮਿਲਿਆ ਕਿ ਉਹ ਵੀਡੀਓ ਬਾਈ ਤੱਕ ਚਲੀ ਜਾਂਦੀ ਸੀ ਤੇ ਬਾਈ ਨੂੰ ਅੱਗੇ ਚੰਗੇ ਚੰਗੇ ਦੋਸਤ ਟੱਕਰ ਜਾਂਦੇ ਸੀ ਜਿਨ੍ਹਾਂ ਨੇ ਬਾਈ ਹੁਣਾਂ ਦੇ ਇਸ ਸੁਪਨੇ ਪੂਰੇ ਕਰਨ ਵਾਸਤੇ ਮਦਦ ਕੀਤੀ ਸੱਚ ਨੂੰ ਉਹਨਾਂ ਨੂੰ ਚੰਗੇ ਚੰਗੇ ਜਾਨਵਰ ਆ ਜਿਹੜੇ ਲੱਭ ਗਏ ਤੇ ਮੈਂ ਨਾ ਤੁਹਾਡੀ ਮੁਲਾਕਾਤ ਕਰਾਉਂਗਾ ਬਾਈ ਦੇ ਨਾਲ ਬਾਈ ਨੇ ਬਹੁਤ ਸਵਾ ਫਾਰਮ ਪਾ ਲਿਆ ਕੋਠੀ ਕਾਠੀ ਦਾ ਕੰਮ ਚੱਲੀ ਜਾਂਦਾ ਹਜੇ ਬਾਈ ਕਹਿੰਦਾ ਵੀ ਮੈਂ ਆਉਣ ਵਾਲੇ ਸਮੇਂ 'ਚ ਕੁਝ ਜਾਨਵਰ ਖਰੀਦ ਵੇਚ ਵੀ ਕਰਿਆ ਕਰੂੰਗਾ ਮਾੜੀ ਮੋਟੀ ਵੀ ਇੰਨੇ ਦੇ ਨਾਲ ਚਾਰ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਫਾਰਮ ਤੇ ਬਾਈ ਐਵੇਂ ਵੀ ਕਰਿਆ ਕਰੂਗਾ ਤੇ ਫਲਹਾਲ ਬਾਈ ਨੇ ਜਿਹੜੇ ਜਾਨਵਰ ਰੱਖੇ ਆ ਉਹ ਦਿਖਾਏ ਆ ਤੁਹਾਨੂੰ ਕੱਲ ਨੂੰ ਸਾਰੀ ਜਾਣਕਾਰੀ ਦੇਵਾਂਗੇ ਸੱਚ ਨੂੰ ਅੱਜ ਮੈਥੋਂ ਟਾਈਮ ਨਾ ਵੀਡੀਓ ਐਡਿਟ ਨਹੀਂ ਹੋ ਸਕੀ ਇਸ ਕਰਕੇ ਜਿਹੜੇ ਸੀਨ ਬਣੇ ਸੀ ਉਹਨਾਂ ਦੇ ਉੱਤੇ ਆਵਾਜ਼ ਦੇ ਕੇ ਮੈਂ ਕਿ ਮਾਰੇ ਜੀ ਜਾਨਵਰ ਬਾਈ ਤੇ ਦਿਖਾ ਦਿਆ ਕੱਲ ਨੂੰ ਜਿੰਨੇ ਵੀ ਜਾਨਵਰ ਫਾਰਮ ਦੇ ਉੱਤੇ ਤੁਹਾਨੂੰ ਉਹਨਾਂ ਦੀ ਸਾਰਿਆਂ ਦੀ ਡਿਟੇਲ ਆ ਜਿਹੜੀ ਉਹ ਮਿਲ ਜੂਗੀ ਸੱਚ ਨੂੰ ਆ ਘੋੜੀ ਮੈਨੂੰ ਬੜੀ ਪਸੰਦਾਈ ਬਾਈ ਦੇ ਫਾਰਮ ਤੇ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਇਹਦੀ ਗਰਤਾਂ ਬਹੁਤ ਲੰਬੀ ਐ ਮੈਂ ਬਾਈ ਕਸ਼ਮੀਰ ਨੂੰ ਆਂਦਾ ਸੀ ਵੀ ਇਹਨੂੰ ਤੁਸੀਂ ਕਿੱਥੇ ਟੰਗੀ ਰੱਖਿਆ ਬਈ ਜਿਹੜੀ ਇਹਦੀ ਗਰਤਾਂ ਨਹੀਂ ਵਧੀ ਗਈ ਜਾਂ ਇਹ ਕਹਿ ਲੋ ਵੀ ਲਾਉਣ ਵਾਲਾ ਬਈ ਸ਼ਾਇਦ ਇਹ ਤੋਂ ਗਰਦਨਾ ਲਾਉਣ ਆਇਆ ਤੇ ਇੱਕ ਅੱਧੀ ਕੋਈ ਬੋਤੇ ਬਾਤੇ ਦੀ ਵਧੀ ਪਈ ਹੋਣੀ ਆ ਉਹਦੇ ਕੋਲੇ ਕਹਿੰਦਾ ਚਲੋ ਘੋੜੇ ਵਾਲੀ ਤਾਂ ਹੈ ਨਹੀਂ ਇਹਦੇ ਬੋਤੇ ਵਾਲ ਕੋਈ ਲਾ ਜਾਣੇ ਆ। ਕੋਈ ਉਹੋ ਜਿਹਾ ਹਸਾਬ ਕਿਤਾਬ ਹੀ ਕਰਕੇ ਲਾਉਣ ਵਾਲਾ। ਆ ਦੇਖੋ ਇਹਦੀ ਗਰਦਣਾ ਜਿਹੜੀ ਉਹ ਕਿੰਨੀ ਲੰਬੀ ਦਿਖਾਈ ਦਿੰਦੀ ਹੈ ਘੋੜੀ ਦੀ ਗਰਦਣਾ ਜਿਹੜੀ। ਤੇ ਜਿਹੜਾ ਜਾਨਵਰ ਨਾ ਬਾਈ ਨੇ ਮਤਲਬ ਵੀਡੀਓ ਦੇਖ ਕੇ ਖਰੀਦਿਆ ਖਰੀਦਿਆ। ਆ ਦੇਖੋ ਆ ਜਿਹੜੀ ਘੋੜੀ ਆ ਨਾ ਇਹ ਮੈਂ ਵਿਕਰਾੰਤ ਸ਼ਰਮਾ ਕੋਲੇ ਫਲਮਾ ਕੇ ਆਇਆ ਸੀ ਪਹਿਲੀਆਂ ਦੇ ਵਿੱਚ। ਵਿਕਰਾੰਤ ਸ਼ਰਮਾ ਨੇ ਖਰੀਦੀ ਸੀ ਲੁਧਿਆਣੇ। ਤੇ ਵਿਕਰਾਂਤ ਸ਼ਰਮਾ ਕੋਲੇ ਫਲਮਾ ਕਿਹਾ ਸੀ ਇਹ ਬਸ਼ੇਰੀ ਸੀ ਉਦੋਂ ਖੀਰੀ ਬਸ਼ੇਰੀ ਸੀ ਤੇ ਬਾਈ ਨੇ ਦੇਖ ਲੋ ਇਹ ਉਦੋਂ ਇਹ ਬਾਈ ਨੇ ਵਿਕਰਾਂਤ ਸ਼ਰਮਾ ਤੋਂ ਖਰੀਦੀ ਸੀ ਇਹ ਮੇਰੇ ਹਸਾਮ ਨਾਲ ਪੱਕਾ ਤਾਂ ਨਹੀਂ ਮੈਨੂੰ ਚੇਤਾ ਬਹੁਤ ਟਾਈਮ ਹੋ ਗਿਆ ਫਲਮਾਈ ਨੂੰ ਮੱਝੂ ਕੇ ਲਾਈਂਦੀ ਇਹ ਬਸ਼ੇਰੀ ਸੀਗੀ ਭਈ ਜਿਹੜਾ ਜਾਨਵਰ ਆ ਘੋੜੀ ਬਾਈ ਨੇ ਖਰੀਦੀ ਤਾਂ ਸ਼ਾਇਦ ਹੋਰ ਕਿਤੋਂ ਆ ਔਰ اے ਬਾਈ ਨੇ ਮੇਰੀ ਵੀਡੀਓ ਦੇਖ ਕੇ ਲਿਆਂਦੀ ਆਪਣਾ ਘੋੜੀ ਕਰਾਸ ਕਰਾ ਕੇ ਲਿਆਂਦੀ ਸੀ ਮੱਝੂ ਕਿਆਲੇ ਨਾ ਘੋੜੇ ਤੋਂ ਨਾ ਘੋੜੇ ਦੇ ਬੱਚੇ ਤੋਂ ਨਵਾਬ ਤੋਂ ਜਿਹੜਾ ਧੂਰਕੋਟ ਜਤਿੰਦਰ ਹੁਣਾ ਦੇ ਕੋਲੇ ਆ ਜਿਹੜਾ ਮਤਲਬ ਮਗਰ ਭੱਜਿਆ ਫਿਰਦਾ ਹੈ ਮੱਝੂ ਕਿਆਲੇ 나ਗ ਦਾ ਪੋਤਾ ਜਤਿੰਦਰ ਵਾਲੇ ਨਵਾਬ ਘੋੜੇ ਦਾ ਬਸ਼ੇਰਾ ਹੈ ਜਿਹੜਾ ਮਗਰ ਭੱਜਿਆ ਫਿਰਦਾ ਤੇ ਜੇ ਘੋੜੀ ਪਾਸਿਓਂ ਲਈ ਤਾਂ ਤੁਸੀਂ ਦੇਖ ਲਓ ਵੀ ਆ ਜਿਹੜੀ ਘੋੜੀ ਕ੍ਰੋਸ ਆ ਬਾਈ ਨੇ ਆਪਣੇ ਵਾਲੀ ਵੀਡੀਓ ਦੇਖ ਕੇ ਕਰਵਾ ਲਈ ਆਪਾਂ ਇਹ ਕਹਿ ਸਕਦੇ ਆ ਸਾਜਣੋ ਵੀ ਇਹਨਾਂ ਸਾਰੇ ਜਾਨਵਰਾਂ ਦੇ ਵਿੱਚ ਤੁਹਾਡਾ ਵੀ ਸਹਿਯੋਗ ਆ